ਹਾਂਜੀ ਸਰ, ਕੀ ਨਾਮ ਤੁਹਾਡਾ? ਮੇਰਾ ਨਾਮ ਗੋਲ ਕੁਮਾਰ ਨਾਹਰ, ਗੋਲਡੀ ਕੁਵਾੜੀਆ। ਅੱਛਾ, ਗੋਲਡੀ ਕੁਵਾੜੀਆ, ਇਹ ਕੁਵਾੜ ਦਾ ਤੁਹਾਡੇ ਸਿਸਟਮ ਤਾਂ? ਹਾਂਜੀ ਮਾਲਕ ਤੁਸੀਂ? ਹਾਂਜੀ ਮਾਲਕ। ਕਿੰਨੇ ਕੁ ਵਜੇ ਅੱਗ ਲੱਗੀ ਸੀ? 4:30 ਤੋਂ ਮੈਂ ਬਾਥਰੂਮ ਕਰਨ ਉੱਠਿਆ ਤਾਂ ਮੈਂ ਕੋਈ ਗੱਲ ਨਹੀਂ ਸੀ, ਕੋਈ ਬਾਤ ਨਹੀਂ। ਮੈਂ ਆਪਣੇ ਸ਼ੈਡ ਦੇ ਉੱਤੇ ਉਦਮ ਦਾ ਗ੍ਰਿਲ 'ਤੇ ਖੜ੍ਹਾ ਹੋ ਗਏ ਅਤੇ ਜਗ੍ਹਾ ਨੂੰ ਆ ਮਾਰੀ। ਮੈਂ ਕਿਹਾ ਦੇਖਾਂ ਕੁਝ ਮਾਲਕੋ ਦਾ ਨਹੀਂ ਦੱਸਦੇ ਵੀ ਥੱਲੇ ਥੋੜ੍ਹੇ ਡਿੱਗਿਆ ਵੀ ਛੱਡਾ ਤੋਂ ਨੇਰੀ ਤੋਂ ਥੱਲੇ ਆਉਂਦਾ, ਕੋਈ ਗੱਲਬਾਤ ਨਹੀਂ। ਅਤੇ ਕੁੱਤਾ ਮੇਰਾ ਬਾਹਰ ਫਿਰ ਰਹਿੰਦਾ, ਉਹਨੂੰ ਸਾਰਾ ਦੱਸ ਦਿੰਦਾ, ਬੋਲਦਾ ਰਹਿੰਦਾ, ਜਦ ਚੀਕਾ ਮਾਰਦਾ ਰਹਿੰਦਾ। ਉਹਦਾ ਜੇ ਥੱਲੇ ਬਾਈ ਜਾਂ ਸਾਈਡ ਤੋਂ ਥੋੜ੍ਹੇ ਸਮਾਨ ਡਿੱਗਦੇ, ਕਿਸੇ ਮਰਾਸੀ ਨੂੰ ਨਹੀਂ ਚੱਕ ਦਿੰਦਾ, ਲੰਘਦੇ ਵੜਦੇ। ਅਤੇ ਉਹ ਮੈਂ ਉਹ ਵੀ ਉਹਨੂੰ ਆਵਾਜ਼ ਵੂਜ਼ ਮਾਰ ਕੇ ਅਤੇ ਮੈਂ ਚੱਲ ਗਿਆ ਕੋਠੇ ਉੱਤੇ ਆਪਣੇ ਲੰਮੇ ਪੈ ਗਿਆ। ਅਤੇ ਬਾਅਦ 'ਚ ਮੈਨੂੰ ਮੁਹੱਲਿਆਂ ਨੇ ਠਾਲਿਆ, 15-50 ਮਿੰਟਾਂ ਵਕਤ ਤੱਕ ਹੀ ਅੱਗ ਫੈਲ ਗਈ। ਪਤਾ ਨਹੀਂ ਕਿੱਦਾਂ ਸ਼ਰਾਰਤ ਹੋਈ ਕੀ, ਪਰ ਮੈਨੂੰ ਨਹੀਂ ਕੁਛ ਵੀ ਪਤਾ ਲੱਗਾ ਇਹ ਗੱਲ ਦਾ। ਮੈਂ ਸੁੱਟਾ ਪਿਆ ਸੀਗਾ, ਮੈਂ 4 ਵਜੇ ਤੁਹਾਨੂੰ ਉੱਠ ਕੇ ਬਾਥਰੂਮ ਕਰਕੇ ਮੈਂ ਲੰਮੇ ਪੈ ਗਿਆ ਫਿਰ ਮੰਡੀਆਂ ਨੂੰ ਮਾਰ ਕੇ। ਕਿੰਨਾ ਕੁ ਜਿਹੜਾ ਨੁਕਸਾਨ ਚੱਲਦਾ ਹੋ ਗਿਆ? ਨੁਕਸਾਨ ਭਾਅ ਜੀ ਆ ਜਿਹੜਾ ਮੇਰਾ ਸੀਗਾ, ਇੰਨੇ ਕੁ ਗਦਾਮ 'ਚ ਮੇਰਾ 30 ਲੱਖ ਦਾ ਮਾਲ ਪਿਆ ਗਿਆ। ਇੰਨੇ ਕੁ ਗਦਾਮ 'ਚ? ਹਾਂਜੀ। ਅਤੇ ਆਹ ਤਾਂ ਚਲੋ ਸੀਗਾ, ਇੱਧਰੋਂ ਮਾਲ ਚੱਲ ਗਿਆ ਸੀਗਾ, ਉਹ ਸਾਰਾ ਮਾਲ ਸਾਰਾ ਮੈਂ ਜਾਣ ਵਾਲਾ ਸੀ। ਨੁਕਸਾਨ ਕਿੰਨਾ ਹੋਇਆ? ਹੈਗਾ 25-30 ਲੱਖ ਦੇ ਲੱਗ ਸਕੇ। ਹਾਂ, ਮੇਰਾ ਹਾਲੇ ਮਾਲ ਵਿੱਚ ਦੱਬਿਆ ਗਿਆ ਬਹੁਤ। ਪਲਾਸਟਿਕ ਸੀਗਾ, ਲੋਹਾ ਸੀਗਾ, ਤਾਂਬਾ ਪਿੱਤਲ ਸੀਗਾ, ਹੋਰ ਪਲਾਸਟਿਕ ਦਾ ਤਿਆਰ ਸੀ। ਸਵੇਰੇ ਦਿੱਲੀ ਜਾਣਾ ਸੀਗਾ, ਠੀਕ ਹੈ ਜੀ, ਜਲੰਧਰ ਭੇਜਣਾ ਸੀਗਾ। ਤੁਹਾਡੇ ਕੋਲ ਫਾਇਰ ਸਿਸਟਮ ਦਾ ਕੋਈ ਅਰੇਂਜਮੈਂਟ ਨਹੀਂ ਸੀਗਾ? ਮੈਂ ਕਦੀ ਨਹੀਂ ਕਰਦੀ, ਨੋਜੇ ਲਾਏ ਸੀ, ਪੈਪ ਲਾਏ ਪਏ ਸੀ ਪਾਣੀ ਦੇ। ਅੱਛਾ, ਉਹ ਨੋਰਮਲ ਉਹਦਾ ਪੈਪ ਰੱਖੇ ਪਏ ਸੀ, ਚਲੋ ਇੱਕ ਕਿਹੜਾ ਇੱਥੇ ਕਿਹੜਾ ਹੁੰਦੇ, ਕਦੀ ਹੋਇਆ ਨਹੀਂ ਕੋਈ, ਰੱਬ ਯਕਦਮ ਇੰਨੀ ਫੈਲ ਗਈ। ਹਾਂਜੀ, ਕੀ ਨਾਮ ਸਰ? ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ, ਫਾਇਰਮੈਨ ਆ ਮੈਂ। ਹਾਂਜੀ, ਮੈਂ ਕਿਹਾ ਅੱਜ ਅੱਗ ਦਾ ਤੁਹਾਨੂੰ ਕਿੰਨੇ ਕੁ ਵਜੇ ਦਾ ਪਤਾ ਲੱਗਾ? ਸਾਨੂੰ 7:30 ਦੀ ਸੂਚਨਾ ਮਿਲੀ ਆ ਕਿ ਸ਼ਹਿਰੀ ਮਹੱਲੇ ਕਬਾੜ ਦੀ ਦੁਕਾਨ 'ਤੇ ਅੱਗ ਲੱਗ ਗਈ ਆ। ਅਤੇ 5 ਮਿੰਟ ਦੇ ਅੰਦਰ ਅੰਦਰ ਗੱਡੀ ਇੱਥੇ ਪਹੁੰਚ ਗਈ ਆ, ਅਤੇ ਨਾਲ ਹੀ ਅੱਗ ਜ਼ਿਆਦਾ ਹੋਣ ਕਰਕੇ ਦੂਜੀ ਗੱਡੀ ਵੀ ਨਾਲ ਹੀ ਮੰਗਾ ਲਈ ਆ। ਅੱਗ ਬਹੁਤ ਜ਼ਿਆਦਾ ਸੀ, ਕਬਾੜ ਬਹੁਤ ਜ਼ਿਆਦਾ ਪਿਆ ਸੀ, ਨਾਲ ਘਰਾਂ ਕਰਕੇ ਫਿਰ ਸਾਨੂੰ ਦੂਜੀ ਗੱਡੀ ਦਾ ਕਰਕੇ ਅਸੀਂ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ, ਮਤਲਬ ਹੁਣ ਤੇ ਹੋ ਹੀ ਗਿਆ, ਤਕਰੀਬਨ ਕੰਟਰੋਲ ਹੋ ਗਿਆ ਮਾੜਾ ਮੋਟਾ। ਠੀਕ ਹੈ ਜੀ। ਤੇ ਕਿੰਨੀ ਕੁ ਅੱਗ ਜਿਹੜੀ ਸੀਗੀ ਲੱਗੀ ਹੋਈ ਸੀ? ਬਹੁਤ ਜ਼ਿਆਦਾ ਸੀ ਅੱਗ, ਸਾਰਾ ਕਬਾੜ ਸੀ, ਕਾਫੀ ਅੱਗ ਸੀ, ਬਹੁਤ ਦੂਰ ਦੂਰ ਦਾ ਧੂੰਆਂ ਵੇਖ ਰਿਹਾ ਸੀ, ਅੱਗ ਬਹੁਤ ਜ਼ਿਆਦਾ ਸੀ। ਜਾਨੀ ਨੁਕਸਾਨ ਤਾਂ ਨਹੀਂ ਆਇਆ? ਨਹੀਂ, ਜਾਨੀ ਨੁਕਸਾਨ ਕੋਈ ਨਹੀਂ ਹੈਗਾ ਜੀ। ਵਾਇਰ ਦਾ ਸਿਸਟਮ ਇਹਨਾਂ ਕੋਲ ਕੋਈ ਨਹੀਂ ਸੀ ਕਬਾੜ ਵਾਲਿਆਂ ਕੋਲ? ਕੁਛ ਨਹੀਂ, ਇਹਨਾਂ ਕੋਲ ਕੁਛ ਨਹੀਂ ਹੈਗਾ। ਕਾਰਨ ਪਤਾ ਲੱਗਿਆ ਸਰ ਕਿਵੇਂ ਲੱਗਿਆ? ਕਾਰਨ ਨਹੀਂ ਪਤਾ ਲੱਗ ਸਕਿਆ ਕਿਉਂ ਲੱਗਿਆ।